ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਲੋਕਡਾਊਨ ਕੀਤਾ ਗਿਆ ਤੇ ਪੰਜਾਬ 'ਚ ਕਰਫਿਊ ਲਗਾਇਆ ਗਿਆ। ਇਸ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਹਨ। ਸਭ ਤੋਂ ਵੱਡੀ ਮੁਸ਼ਕਲ ਰੋਟੀ ਦੀ ਹੈ। ਹੁਣ ਪੂਰੇ ਪੰਜਾਬ 'ਚ ਜਿੱਥੇ ਸਰਕਾਰ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆ ਰਹੀ ਹੈ, ਉੱਥੇ ਕੁਝ ਸਮਾਜਿਕ ਲੋਕ ਵੀ ਮਦਦ ਲਈ ਅੱਗੇ ਆ ਰਹੇ ਹਨ। ਜਿਸ ਦੇ ਚਲਦਿਆਂ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦੀ ਸਰਪੰਚ ਅਤੇ ਗੈਂਗਸਟਰ ਜੱਗੂ ਦੀ ਮਾਂ ਹਰਜੀਤ ਕੌਰ ਨੇ ਦੱਸਿਆ ਕਿ ਕਰਫਿਊ ਦੌਰਾਨ ਜੋ ਮਜ਼ਦੂਰ ਲੋਕ ਹਨ ਅਤੇ ਜੋ ਰੋਜ਼ਾਨਾ ਦਿਹਾੜੀ ਕਰ ਆਪਣੇ ਘਰ ਦਾ ਖਰਚਾ ਚਲਾਉਂਦੇ ਹਨ, ਕੋਰੋਨਾ ਅਤੇ ਲੋਕਡਾਊਨ ਦੇ ਚਲਦਿਆਂ ਘਰ 'ਚ ਮਜਬੂਰਨ ਬੈਠੇ ਹਨ। ਉਹਨਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਬਤੀਤ ਕਰਨ ਲਈ ਜੋ ਜ਼ਰੂਰਤ ਦਾ ਸਮਾਨ ਹੈ ਉਸ ਦੇ ਪੈਕਟ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਦੱਸਿਆ ਕਿ ਉਹਨਾਂ ਨੇ 500 ਤੋਂ ਜ਼ਿਆਦਾ ਪਰਿਵਾਰ ਦੀ ਮਦਦ ਕੀਤੀ ਹੈ, ਜਿਸ 'ਚ ਅਲੱਗ ਅਲੱਗ ਪਿੰਡਾਂ 'ਚ ਜਾ ਕੇ ਇਹ ਰਾਸ਼ਨ ਦਿੱਤਾ ਗਿਆ। ਇਸ ਦੇ ਨਾਲ ਹੀ ਹਰਜੀਤ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਮਨਦੀਪ ਸਿੰਘ ਵਿਦੇਸ਼ 'ਚ ਰਹਿੰਦਾ ਹੈ, ਉਸਨੇ ਲੋਕਾਂ ਦੀ ਮਦਦ ਲਈ ਇਹ ਕਦਮ ਉਠਾਇਆ। ਅਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਜੇ ਅਤੇ ਚੰਨਿਆਲ, ਮਾਲ ਪੱਤੀ ਅਤੇ ਆਪਣੇ ਰਾਏਚੱਕ, ਹੋਰ ਵੀ ਕਈ ਭੈਣ ਭਰਾ ਨੂੰ ਲੋੜ ਹੋਊਗੀ ਤਾਂ ਅਸੀਂ ਸਹਿਯੋਗ ਦੇਵਾਂਗੇ। ਅਸੀਂ ਇਹ ਜਿਹੜਾ ਕੋਰੋਨਾ ਵਾਇਰਸ ਦੀ ਬਿਮਾਰੀ ਕਰਕੇ ਬੇਰੁਜ਼ਗਾਰ ਬੱਚੇ ਆ, ਦਿਹਾੜੀਦਾਰ ਬੱਚੇ ਸੀ ਜਿਹੜੇ ਘਰਾਂ 'ਚ ਬੈਠੇ ਸੀ, ਉਹਨਾਂ ਦੇ ਕਰਕੇ ਬੇਟਾ NRI ਆ ਆਸਟ੍ਰੇਲੀਆ ਵਿੱਚ, ਉਹਦੇ ਸਹਿਯੋਗ ਨਾਲ ਵੰਡਿਆ ਜਾ ਰਿਹਾ ਅਤੇ ਮੈਂ ਮੌਕਾ ਦੀ ਸਰਪੰਚ ਹਾਂ। ਬੇਟਾ ਤੁਹਾਡਾ NRI ਆ, ਤੁਸੀਂ ਸਮਝਦੇ ਹੋ ਕਿ ਜਿੱਦਾਂ ਤੁਹਾਡੇ ਬੇਟੇ ਨੇ ਇੱਕ ਪਹਿਲ ਕੀਤੀ, ਹੋਰ ਵੀ ਲੋਕਾਂ ਨੂੰ ਅਪੀਲ ਕਰੋਗੇ ਕਿ ਉਹ ਵੀ ਅੱਗੇ? ਹਾਂਜੀ ਹਾਂਜੀ, ਮੈਂ ਹੋਰ ਵੀ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ, ਹੋਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਕਰਨੀ ਚਾਹੁੰਦੀ ਹਾਂ, ਪਿੰਡ ਦੇ ਜੋ ਬਾਹਰ ਦੀਆਂ ਕੰਟਰੀਆਂ 'ਚ ਬੇਟੇ ਆ ਉਹਨਾਂ ਨੂੰ ਵੀ ਕਰਨੀ ਚਾਹੁੰਦੀ ਹਾਂ। ਜਿੱਦਾਂ ਮੇਰੇ ਬੱਚੇ ਨੇ ਸਹਿਯੋਗ ਦਿੱਤਾ, ਇੱਦਾਂ ਸਭ ਬੱਚੇ ਦੇਣ ਸਹਿਯੋਗ। ਉਧਰ ਪਿੰਡ ਵਾਸੀਆਂ ਨੇ ਜੱਗੂ ਦੀ ਮਾਂ ਅਤੇ ਪਿੰਡ ਭਗਵਾਨਪੁਰ ਦੀ ਸਰਪੰਚ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਦੀ ਪ੍ਰਸ਼ੰਸਾ ਕੀਤੀ। ਸਾਡਾ ਜੀ ਉਪਰਾਲਾ ਬਹੁਤ ਵਧੀਆ, ਸਾਡੇ ਵੀਰ ਮੰਨੂ ਆਸਟ੍ਰੇਲੀਆ ਵਾਲੇ ਦਾ, ਜੋ ਕਿ ਪਿੰਡ ਦੇ ਵਿੱਚ ਗਰੀਬ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਆ ਜਾਂ ਦਿਹਾੜੀਦਾਰ ਨੇ ਉਹਨਾਂ ਨੂੰ ਰਾਸ਼ਨ ਦੇ ਰਹੇ ਨੇ, ਅਤੇ ਮਾਤਾ ਹਰਜੀਤ ਕੌਰ ਜੋ ਕਿ ਪਿੰਡ ਦੇ ਸਰਪੰਚ ਨੇ, ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਸਾਰੇ ਲਾਗੇ ਨੇੜਲੇ ਪਿੰਡਾਂ 'ਚ ਵੀ ਜਿਹੜੇ ਗਰੀਬ ਲੋਕ ਨੇ ਜਿਵੇਂ ਕਿ ਪੱਤੀ, ਮਾਲ, ਰਾਇਚਾ, ਕਿਚਾਨੇਵਾਲ, ਉੱਥੇ ਵੀ ਇਹ ਰਾਸ਼ਨ ਪਹੁੰਚਾ ਕੇ ਆਉਣਗੇ ਜ਼ਰੂਰ, ਤਾਂ ਅਸੀਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸੇਵਾ ਕਰ ਰਹੇ ਨੇ। ਤਾਂ ਸਰਪੰਚ ਸੁਰਿੰਦਰ ਸਿੰਘ, ਇਹ ਉਪਰਾਲਾ ਬਾਹਰ ਮੰਨੂ, ਉਹਨਾਂ ਦੀ ਮੰਮੀ ਭਗਵਾਨਪੁਰ ਸਰਪੰਚ, ਉਹਨਾਂ ਵੱਲੋਂ ਕੀਤਾ ਗਿਆ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਉਹਨਾਂ ਨੂੰ ਘਰ ਘਰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ। ਮੰਨੂ, ਤੁਸੀਂ ਸਮਝਦੇ ਹੋ ਕਿ ਇੱਦਾਂ ਦੇ ਜਿਹੜੇ ਕਿੰਨਾ ਕੁ ਫਾਇਦਾ ਹੋਇਆ ਉਹ ਪਰਿਵਾਰਾਂ ਦਾ, ਕਿੰਨੀ ਕੁ ਲੋੜ ਸੀ ਉਹਨਾਂ ਪਰਿਵਾਰਾਂ? ਇੰਨਾ ਬਹੁਤ ਜ਼ਿਆਦਾ ਫਾਇਦਾ ਹੋਇਆ, ਜਿਨ੍ਹਾਂ ਕੋਲ ਕਈ ਇਹੋ ਜਿਹੇ ਲੋਕ ਸੀ ਦਿਹਾੜੀ ਬੰਦੇ, ਕੋਈ ਵਿਧਵਾ ਸੀ, ਵੀ ਜਿਨ੍ਹਾਂ ਨੂੰ ਰਾਸ਼ਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ, ਉਹ ਬਹੁਤ ਸਾਰੇ ਜਿਨ੍ਹਾਂ ਘਰ ਜਾਣ ਰਹੇ ਉਹ ਸੀਸਾਂ ਦੇਣ ਰਹੇ ਸਾਰੇ, ਵੀ ਵਧੀਆ ਉਪਰਾਲਾ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।